Thank you.
programı sağlar, ülke organı sağlar, asana sonra. Kayıbı ve duruyor değil. Akumbe ki kare kita nurpe ola veya, ek kare kina ve bir kitaba veya, modu yad etti. Khan kiyo. Khan vale, nurpe sabhi hun kendi hai. Ki meyu prabhatma ne kodi bodi leti hai, ki unhe dhaar ho sakta hai. एक अपने बिना सभी को खाता घर खाता पर हुए से भी कहेंगे पापा और खाना खुशी खुआर एक खाते पर पीढ़ी मन में चले उतार कोई जब ऐसा खाना खा ले गया तब शरीर पीने जाता है दुख दर्द महसूस करता है और आगे बढ़ती है पापा उसी द्वार जिस आपके पर पीड़िए मन में चले विकार और पैनल की जाते कहीं कपड़ा भी ऐसा पैनल है लोग सादा पहने सन सादा को उन्हें खाते सन के जानूस किसी आज कोई पता नहीं सन खाते वाले कपड़े को ना कुछ की पाए और ये बात नहीं कर सके बाबा ये मन में चले उठा शरीर के कोई ऐसा कपड़ा ना पहन ले जिसने काम के बहुत बात भी तुम्हें अपने जीना मुश्किल हो जाता है और ये कुछ गलत भी है अमीर भी है धमाना वो कभी है आपा हो सोना खुशी द्वार जित सुखे कर पीढ़िए मन में चले उठा खान पीन हसना सोना त्याग की जा सपुरा निपुट में इस तरह है बंदे देखने जिस बंदे को बहुत ज्यादा नहीं है तब उस मास से पड़े रहते हैं ना वो अपनी भेद की बुखार नहीं है ना वो किसे हो की भी क्या नाम नहीं है तो सतगुरु नाम के जी में ने अपने किसान Yes, sir.
एक दिन ऐसा आया राजे ने अपने दरबार में कुछ बहुत बहुत वाले गाए जिन्हें आप गुरु सिंह के दरबार में बैठे हैं एक परमात्मा की सेवा करते हैं काफी है सुनिए मैं रखिए भाव दुख पर हर सुख का ले जाए काम के अंदर ड्रोन ड्रोन वाले बना दे एक ड्रोन का वो मनुख होता है जिला घर वाले की झूठी बयानी करी जाए करी जाए पैसे तो नहीं लेते ਉਹਨਾਂ ਦੀ ਹੁੰਦਾ ਸਿਰ ਪੈਸੇ ਦਾ ਇੱਕ ਗੌਣ ਗੌਣ ਦਾ ਉਹ ਹੁੰਦਾ ਜਿਹਨੇ ਸੱਚ ਗਾਉਣਾ ਹੁੰਦਾ ਸੱਚ ਉਹਨੂੰ ਕੋਈ ਬਾਣਾ ਆਕੇ ਕੋਈ ਚੰਗਾ ਆਕੇ ਉਹ ਸੱਚ ਨਹੀਂ ਕਰਦਾ ਹੁਣ ਜਿਹੜੇ ਗਾਉਣ ਵਾਲੇ ਬੁਲਾਏ ਹੁਣ ਰਾਜੇ ਨੇ ਆਖਿਆ ਉਹਨੇ ਆਪਣੇ ਰਿਸ਼ ਮਿੱਤਰ ਰਾਜੇ ਵੀ ਬੁਲਾ ਲਏ ਆਪਣੇ ਸੰਬੰਧੀ ਬੁਲਾ ਕੇ ਦਰਬਾਰ ਲਾ ਲਿਆ ਵੀ ਗਾਉਣ ਵਾਲੇ ਨੂੰ ਡਰਾਵਾਂਗੇ ਮੇਰੀ ਸਿਰ ਚੁੱਕਾ ਦੇ ਗੁਰੂ ਦਾਤਾ ਜੀਆ ਸਭਨਾ ਕਾ ਇਹ ਪੰਕਤੀ ਦਾ ਪਰ ਬੋਲੇ ਬਗਾਰੀਏ ਨੂੰ ਭਰਮ ਪੈ ਗਿਆ ਮੇਰੇ ਬਿਨਾਂ ਸੰਸਾਰ ਤੇ ਕੋਈ ਵੀ ਗੱਲ ਕੁਛ ਨਹੀਂ ਅਦਾ ਲੱਗਾ ਜਦੋਂ ਗਾਉਣਾ ਸ਼ੁਰੂ ਕੀਤਾ ਰਾਜੇ ਦੇ ਰਿਸ਼ਤੇਦਾਰ ਬੈਠੇ ਨੇ ਮਹਾਰਾਣੀ ਬੈਠੀ ਆ ਗੋਲੀਆਂ ਬੈਠੀਆਂ ਨੇ ਵਜ਼ੀਰ ਬੈਠੇ ਨੇ ਸ਼ਹਿਰ ਦੇ ਲੋਕ ਬੈਠੇ ਨੇ ਦਰਬਾਰ ਸਜਿਆ ਜਦੋਂ ਗਾਉਣ ਵਜਾਉਣ ਸ਼ੁਰੂ ਅੱਜ ਮੈਂ ਰਾਜੇ ਦਰਬਾਰ ਦੇ ਤੁਹਾਨੂੰ ਉਸ ਨੌਜਵਾਨ ਦੀ ਗੱਲ ਸੁਣਾਵਾਂਗਾ ਉਹਦਾ ਨਾਮ ਹੈ ਹਾਤਮ ਤਾਈ ਉਹ ਨੌਜਵਾਨ ਬੜਾ ਪਰ ਉਪਕਾਰੀ ਹੈ ਪ੍ਰਮਾਤਮਾ ਦਾ ਪਿਆਰਾ ਹੈ ਲੋਕਾਂ ਦੀ ਮਦਦ ਕਰਦਾ ਹੈ ਤਾਂ ਦੂਜੇ ਗਾਉਣ ਵਾਲੇ ਨੇ ਉਸ ਪੰਗਤ ਨੂੰ ਚੱਕਿਆ ਤੇ ਪ੍ਰਸ਼ੰਸਾ ਸ਼ੁਰੂ ਕਰ ਦਿੱਤੀ ਹਾਤਮ ਤਾਈ ਦੀ ਜਦੋਂ ਰਾਜੇ ਨੇ ਬਜਾਈ ਹੁੰਦੀ ਦੇਖੀ ਰਿਸ਼ਤੇਦਾਰ ਦੇਖਣ ਲੱਗ ਪਏ ਰਾਜੇ ਨੇ ਆਲਾ ਦੁਆਲਾ ਦੇਖਿਆ ਵੀ ਮੈਂ ਤਾਂ ਆਪਣੀ ਬਜਾਈ ਕਰਨ ਵਾਸਤੇ ਗਾਉਣ ਵਾਲੇ ਲੈ ਕੇ ਆਉਂਦੇ ਨੇ ਇਹ ਤਾਂ ਕਿਸੇ ਹੋਰ ਦੀ ਬਜਾਈ ਕਰ ਰਹੇ ਨੇ ਇਹ ਤਾਂ ਸਿਲਸਿਲਾ ਕਿਸੇ ਹੋਰ ਦੀ ਹੋ ਰਹੀ ਹੈ ਹੋ ਗਿਆ ਅੰਦਰੋਂ ਸਰ ਬਲ ਗਿਆ ਮੈਂ ਰਿਸ਼ਤੇਦਾਰ ਵੀ ਬੁਲਾਏ ਗੁਆਂਢੀ ਰਾਜਾਂ ਦੇ ਰਾਜੇ ਵੀ ਬੁਲਾਏ ਮੇਰੇ ਦਰਬਾਰ ਅੰਦਰ ਗਾਉਣ ਵਾਲੇ ਹੋਰ ਦੀ ਬੜਾਈ ਕਰਕੇ ਮੇਰੀ ਨਹੀਂ ਕੀਤੀ ਤੂੰ ਦਾਤਾ ਸਭਨਾ ਜੀ ਆ ਜਦੋਂ ਅੰਦਰ ਈਰਖਾ ਨਾਲ ਭਰ ਗਿਆ ਰਾਜੇ ਨੇ ਆਪਣੇ ਗੁਪਤ ਕਮਰੇ ਦੇ ਅੰਦਰ ਇੱਕ ਅਹਿਲਕਾਰ ਬੁਲਾਇਆ ਜਿੰਨਾ ਚਿਰ ਸੰਸਾਰ ਤੇ ਹੱਥ ਪਾਈ ਹੈ ਉਹਨਾਂ ਚ ਮੇਰੀ ਸੇਵਾ ਹੋ ਸਕਦੀ ਕੋਈ ਨਾ ਕੋਈ ਢੰਗ ਵਰਤੋ ਉਹ ਕਦਰ ਕਰਦੇ ਆਪਣੀ ਮੇਰੀ ਲਾਉਣ ਵਾਸਤੇ ਅੱਜ ਗੁਰੂ ਨੂੰ ਮਾਰ ਦੀ ਕੋਸ਼ਿਸ਼ ਕਰ ਰਹੇ ਉਹ ਸਰਕਾਰ ਨਹੀਂ ਜਿਹੜਾ ਕਿਸੇ ਦਾ ਦੀਵਾ ਬਣਾ ਕੇ ਆਪਣਾ ਦੀਵਾ ਜਗਾਉਣਾ ਚਾਹੇ ਸਰਕਾਰ ਨਹੀਂ ਦਾਨੀ ਬਹੁਤ ਕਦਾ ਸੀ ਐਸਾ ਭਰੋਸੇ ਵਾਲਾ ਸੀ ਰਾਜ ਨੇ ਹਦਾਇਤ ਕਰ ਦਿੱਤੀ ਆਪਣੇ ਮਾਂ ਦੀ ਪ੍ਰਕਿਰਿਆ ਕਰ ਕਿਸੇ ਨੂੰ ਦੱਸਣੀ ਨਹੀਂ ਹੈ ਰਵਾ ਨਹੀ�ं ਪਾਉਣਾ ਉਹ ਮੇਰੀ ਮਦਦ ਕਰ ਸਕਦਾ ਹੈ ਉਹਨੇ ਇੱਕ ਪਰ ਉਪਕਾਰੀ ਨੌਜਵਾਨ ਉਹ
ਬਾਹਰ ਟੁੱਟ ਕੇ ਬਾਹਰ ਆਇਆ ਐ ਕਾਮ ਦੇ ਹੱਥ ਵਿੱਚ ਫੜਾ ਦਿੱਤੀ। ਕਹਿੰਦਾ ਖੜੇ ਹੋ, ਹੱਥ ਵਿੱਚ ਤਲਵਾਰ ਫੜਾਈ, ਝੁੱਕ ਕੇ ਆਪ ਉਹਦੇ ਅੱਗੇ। ਉਹ ਕਹਿੰਦਾ ਕੀ ਕਰਦੇ ਹੋ, ਤੁਸੀਂ ਕਿਉਂ ਝੁੱਕ ਗਏ? ਉਹ ਕਹਿੰਦਾ ਤੇਰਾ ਕੰਮ ਹੋ ਗਿਆ, ਮੈਂ ਹੀ ਹੱਥ ਦਿੱਤਾ ਜੀ, ਤੈਨੂੰ ਮਾਰ ਵਾਸਤੇ ਭੇਜਿਆ, ਤੂੰ ਆਪਣੀ ਡਿਊਟੀ ਸਹੀ ਕਰ। ਜਿਹੜਾ ਬੰਦਾ ਡਿਊਟੀ ਸਹੀ ਨਹੀਂ ਕਰਦਾ ਉਹ ਰੱਬ ਦੇ ਘਰ ਪਰਵਾਹ ਨਹੀਂ। ਹੱਥ ਵਟਾਈ ਉਹ ਨੌਜਵਾਨ ਸੀ ਜਿਹੜਾ ਪੱਤ ਵਟਾਈ, ਲੋਕਾਂ ਦਾ ਸੇਵਾ ਕਰਨੀ, ਦੁੱਖ ਵਿੱਚ ਜਾਣਾ, ਪੂਰਾ ਨਾਮ ਦਿੱਤਾ। ਜਿਹੜਾ ਗਲਤ ਕਰੇ ਹੁਣ ਐਤਕਾਰ ਜਿਹੜਾ ਕਤਲ ਕਰਨ ਆਇਆ ਸੀ ਉਹਦਾ ਮਨ ਵੀ ਅੱਖਾਂ ਵਿੱਚ ਕੱਥੋਂ ਜਾਣ ਲੱਗ ਪਏ। ਆਖਿਆ ਨੌਜਵਾਨਾਂ ਪੁੱਛ, ਮੈਂ ਪਰਮਾਤਮਾ ਦੇ ਘਰੇ ਪਾਪੀ ਵਰਤੀ ਆਪਣੀ ਹਾਜ਼ਰੀ ਲਗਾਉਣੀ ਹੈ, ਇੱਡਾ ਵਧੀਆ ਨੌਜਵਾਨ ਤੂੰ ਹੱਥ ਵਟਾਈਏ? ਕਹਿੰਦਾ ਬਿਨਾਂ ਹੱਥ ਵਟਾਈਏ, ਲੋਕ ਮੇਰੀ ਬਜਾਈ ਬਹੁਤ ਕਰਦੇ ਨੇ, ਕਹਿੰਦਾ ਪਤਾ ਨਹੀਂ ਕਿਉਂ ਕਰਦੇ ਨੇ, ਮੈਂ ਤਾਂ ਲੋਕਾਂ ਦੀ ਸੇਵਾ ਕਰਦਾ, ਇਹ ਬਜਾਈ ਪਤਾ ਨਹੀਂ ਕਿਉਂ ਕਰਦੇ। ਜਿਹੜਾ ਹੱਥ ਵਟਾਈਏ ਉਹਦੇ ਮਨ ਵਿੱਚ ਇੱਕੋ ਗੱਲ ਹੈ, ਕਹੋ ਨਾਨਕ ਸਾਹਿਬ ਤੇਰੀ ਬਜਾਈ ਕੋਈ ਲਾਉਣਾ ਨਾ ਮਿਲਦਾ। ਆਹ ਜਿਹੜੇ ਲੋਕ ਮੈਨੂੰ ਚੰਗਾ ਚੰਗਾ ਕਹਿੰਦੇ ਨੇ, ਮੇਰੀ ਬਜਾਈ ਕਰਦੇ ਨੇ।
राग
ਹਰ ਇੱਕ ਸਰਕਾਰ ਜੋ ਹੈ ਹਰ ਇੱਕ ਦਾ ਨਾਂ ਲੈਣ ਜੋ ਹੈ ਹਰ ਇੱਕ ਉਹ ਪਰਿਵਾਰ
ਦੀ ਮਾਨਿਆ ਮੈਂਬਰ ਐਸਟੀਵੀ ਸੀ, ਸਰਦਾਰ ਭਗਤ ਰਣਜੀਤ ਭਵਾਨ ਮੈਂਬਰ ਐਸਟੀਵੀ ਸੀ, ਸਰਦਾਰ ਰਜਿੰਦਰ ਸਿੰਘ ਲਾਲਵੜੀਆਂ ਸੜਕ ਪ੍ਰਧਾਨ ਅਕਾਲੀ ਬਹਾਦਰ, ਸਰਦਾਰ ਸਿੰਘ ਹਰਚੰਦ ਕੌਰ, ਜਗਮੇਰ ਸਿੰਘ ਚੌਂਕਾ, ਸਾਹਜੀਤ ਸਿੰਘ ਜੋਗੀ, ਰਣਵੀਰ ਸਿੰਘ ਹਰਿਆਣਾ, ਰਣਵੀਰ ਸਿੰਘ ਜਗਮਾ ਚੇਅਰਮੈਨ, ਰਣਵੀਰ ਸਿੰਘ ਡੂਰੀਵਾਲ, ਰਜਿੰਦਰ ਸਿੰਘ ਗੁਮਾ, ਸਰਪੰਚ ਹਰਦੇਵ ਸਿੰਘ ਸਰਾਓ, ਜਗਵੀਰ ਸਿੰਘ ਗਿਆਓਰ, ਸਾਬਕਾ ਚੇਅਰਮੈਨ ਰਣਜੀਤ ਸਿੰਘ ਕਿੰਟੂ, ਰਜਿੰਦਰ ਸਿੰਘ ਬਾਬਾ ਪ੍ਰਧਾਨ, ਦੇਵ ਸਿੰਘ ਜਵਾਰਾ, ਸੁਖਪਾਲ ਸ਼ਰਮਾ ਜੀ ਵਾਈਸ ਚੇਅਰਮੈਨ, ਮੋਹਿਤ ਕਿਰਨ ਸਿੰਘ ਚੌਂਕਾ, ਜਵਿੰਦਰ ਸਿੰਘ ਸਰਪੰਚ ਪੱਟੀਆਂ ਕਲਾ, ਸਵਰਨਜੀਤ ਸਿੰਘ ਡੈਪਟੀ ਮੁਹੇਸ਼ ਮੁਜਾਹੀ ਮੈਂਬਰ, ਸਰਦਾਰ ਤ੍ਰਿਪਲ ਸਿੰਘ ਬੇਟੀ, ਹਰਿ ਸਿੰਘ ਸਰਪੰਚ ਰਾਜਿਆ, ਹਰੀ ਸਿੰਘ ਪ੍ਰਧਾਨ ਸਮਾਜ ਸਰਦਾਰ ਕਮੇਟੀ, ਵੀਰ ਸਿੰਘ ਸਰਪੰਚ ਸੋਹਲਾ, ਪਰਮਾ ਸਿੰਘ ਚੌਂਕਾ, ਸੁਦੇਵ ਸਿੰਘ ਯਾਦੂਮਾਲਾ, ਮਾਤਰ ਰਣਜੀਤ ਸਿੰਘ ਪਰਨਾ, ਚਰਨਜੀਤ ਸਿੰਘ ਜੈਨਪਾ, ਵੇਦ ਸਿੰਘ ਰਾਜਿਆ, ਬਰਸਨ ਸਿੰਘ ਰਾਹਾ ਮੰਗਲਾ, ਸਰਦਾਰ ਰਣਜੀਤ ਸਿੰਘ ਰਿਟਾਇਰ ਪੀਆ ਸਾਹਿਬ, ਸੁਖਬੀਰ ਸਿੰਘ ਬਿੰਦੂ, ਸੇਵ ਕੌਰ, ਰਜਿੰਦਰ ਸਿੰਘ ਗੋਗੀ, ਕ੍ਰਿਸ਼ਨਾ, ਪਰਮਜੀਤ ਸਿੰਘ ਆਰਤੀ ਅੰਬਰਗੜ੍ਹ, ਸੁਰਜਿੰਦਰ ਸਿੰਘ ਕੁੰਗਾ, ਗੁਰਦਾਸ ਸਿੰਘ ਲੰਗੜੀਆਂ, ਰਜਿੰਦਰ ਸਿੰਘ ਸਰਪੰਚ ਮਾਟਮਾਲਾ, ਪਰਮਜੀਤ ਸਿੰਘ ਰਸ਼ੀਆ ਅੰਬਰਗੜ੍ਹ, ਪ੍ਰੇਮ ਚੰਦ ਕਪੂਰ ਅਤੇ ਹੋਰ ਵੀ ਬਹੁਤ ਸੱਜਣ ਮਿੱਤਰ ਜਿਨ੍ਹਾਂ ਦੇ ਨਾਂ ਹੋਏ ਹੋਏ ਪਰਿਵਾਰ ਨਾਲ ਸਾਹਿਬ ਜੀ ਨੂੰ ਕੀਰਤਨ ਵਾਲਾ ਪਰਿਵਾਰ ਹੈ, ਗੁਰੂ ਘਰ ਵਧੀਆ
ਸਾਦਾ ਹੈ ਸਲਵਾਨ ਦੀ ਗੁਰੂ ਘਰ ਦੇ ਕਿਸੇ ਵੀ ਕਾਲਜ ਵਿੱਚ ਪ੍ਰਵਾਨ ਮੰਡੀ ਉੱਤੇ ਵਿਚਰਦਾ ਪਿੰਡ ਦੇ ਨਗਰ ਦੇ ਸਾਰੇ ਕਾਲਜ ਸਾਨੂੰ ਕੋਈ ਆਹੁਦਾ ਇਸ ਪ੍ਰਭਾਵ ਨੇ ਹਾਸਲ ਨਹੀਂ ਕੀਤਾ ਕੋਈ ਪ੍ਰੰਤੂ ਪਿੱਛੇ ਰਹਿ ਕੇ ਸੇਵਾ ਕਰਨੀ ਨਗਰ ਦੀ ਸੇਵਾ ਕਰਨੀ ਔਰ ਪਿੰਡ ਦੇ ਮੋਹਰੀ ਕਾਲਜਾਂ ਵਿੱਚ ਹਮੇਸ਼ਾ ਬਹੁਤ ਤੋਂ ਬਹੁਤ ਆਰਥਿਕ ਤੌਰ 'ਤੇ ਸਹਿਯੋਗ ਕਰਨਾ ਬਿਲਕੁਲ ਸਭ ਨੇ ਇਸ ਪ੍ਰਭਾਵ ਦੇ ਹਿੱਸੇ ਹੈ ਸਾਡੇ ਇਨਸਾਨ ਨੂੰ ਰਹਿੰਦੇ ਨੇ ਤਾਂ ਆਪਾਂ ਦੇ ਰਹੇ ਹਾਂ ਨਿੱਕਾ ਮੋਟਾ ਕਾਲਜ ਬਿਲਕੁਲ ਕਰਦੇ ਹਾਂ ਉਹਨਾਂ ਪਿੱਛੇ ਆਪਣਾ ਨਾਮ ਜਮਾਉਣ ਲਈ ਆਪਦਾ ਜਿਹੜੀ ਸਮਾਜ ਵਿੱਚ ਬਹੁਤ ਵੱਧ ਚੁੱਕੀ ਹੈ ਪ੍ਰੰਤੂ ਇਸ ਪਰਿਵਾਰ ਨੇ ਸੇਵਾ ਨੂੰ ਸਹੀ ਮਹੀਨਿਆਂ ਵਿੱਚ ਸੇਵਾ ਦੇ ਰੂਪ ਵਿੱਚ ਨਿਭਾਇਆ ਔਰ ਹਰ ਖੇਤਰ ਵਿੱਚ ਬਹੁਤ ਬਹੁਤ ਸੇਵਾ ਦਾ ਯੋਗਦਾਨ ਹੈ ਜਿਹੜਾ ਉਹ ਪਾਇਆ ਸਾਰੂ ਸਿੰਘ ਨਾਲ ਦਾ ਕਾਰੋਬਾਰ ਕਰਦੇ ਨੇ ਆਪ ਆੜਤ ਵਿੱਚ ਅੰਮ੍ਰਿਤ ਵਿਖੇ ਬਹੁਤ ਹੀ ਚੰਗਾ ਸਹਿਜ ਕਾਰੋਬਾਰ ਤੌਰ 'ਤੇ ਉਹਨਾਂ ਨੇ ਬਣਾਇਆ ਅਤੇ ਉਹਨਾਂ ਨੂੰ ਇਲਾਕੇ ਵਿੱਚ ਬੜੀ ਸਟੱਡੀ ਸ਼ਾਪ ਇਸ ਪਰਿਵਾਰ ਨੇ ਬਣਾਈ ਹੈ ਗੁਰਦਾਰ ਨੇ ਬਹੁਤ ਲੰਬੀ ਅੱਗ ਭੋਗ ਕੇ ਗੁਰੂ ਦੇ ਸੰਸਾਰ ਤੋਂ ਸਮਾਏ ਨੇ ਗਿਆਨਾ ਸਾਹਿਬ ਸਿੰਘ ਜੀ ਸਭ ਨੇ ਇਸ ਸੰਸਾਰ ਨੂੰ ਪੁੱਤਰ ਦਾ ਵਿਛੋੜੇ ਦਾ ਦੁੱਖ ਉਹਨਾਂ ਨੂੰ ਸਹਿਣ ਕਰਨਾ ਪਿਆ ਜੋ ਮੈਂ ਸਮਝਦਾ ਹਰ ਮਾਤਾ ਪਿਤਾ ਨੂੰ ਬੜਾ ਗਾਈ ਸਾਹਿਬ ਕਹਿ ਹੁੰਦਾ ਫਿਰ ਵੀ ਉਹਨਾਂ ਨੇ ਰੋਲ ਲੈ ਕੇ ਉਸ ਨੂੰ ਵੀ ਦੁੱਖ ਦਾ ਪਾਣਾ ਮੰਨ ਕੇ ਆਪਣਾ ਮੰਨਿਆ ਪਾਣਾ ਮੰਨ ਕੇ ਆਪਣਾ ਜੀਵਨ ਰੋਸ਼ਨ ਕੀਤਾ ਔਰ ਆਪਣਾ ਪਰਿਵਾਰ ਨੂੰ ਅੱਗੇ ਤੋਰਨ ਲਈ ਹਮੇਸ਼ਾ ਆਪਣਾ ਯੋਗਦਾਨ ਪਾਉਂਦੇ ਰਹੇ ਪਿਛਲੇ ਸਮੇਂ ਦੌਰਾਨ ਉਹਨਾਂ ਜਾਣਾ ਸਾਹਿਬ ਸਾਹਿਬ ਜੀ ਸਾਹਮਣੇ ਹੈ ਸਾਹਿਬ ਦੇ ਮੁੱਦਾ ਕਿਸੇ ਘਰ ਵਾਲੇ ਨੂੰ ਸਿਰ ਹੁੰਦੀ ਹੈ ਔਰ ਬਹੁਤ ਹੀ ਭਰਿਆ ਪਰਿਵਾਰ ਪਿੱਛੇ ਸਮਾਜ ਨੂੰ ਦੇਖੇ ਗਏ ਨੇ ਉਹਨਾਂ ਦਾ ਨਾਮ ਰੋਸ਼ਨ ਕਰ ਰਿਹਾ ਹਰ ਭਗਤੀ ਪਰਿਵਾਰ ਮੈਂ ਸਮਝਣਾ ਸਾਡੇ ਬਜ਼ੁਰਗ ਭਾਗਾਂ ਵਾਲੇ ਸਨ ਕਰਮਾਂ ਵਾਲੇ ਸਨ ਜੋ ਜਿੱਥੇ ਇੱਥੇ ਲੰਬੀ ਅੱਗ ਭੋਗ ਕੇ ਗਏ ਨੇ ਉੱਥੇ ਆਪਣੇ ਜੀਵਨ ਕਾਲ ਵਿੱਚ ਆਪਣੇ ਪਰਿਵਾਰ ਨੂੰ ਵੱਡੀਆਂ ਤਰੱਕੀਆਂ ਉਪਲੱਬਧੀਆਂ 'ਤੇ ਦੇਖ ਕੇ ਜਾ ਰਹੇ ਨੇ ਸੋ ਗੁਰੂ ਮਹਾਰਾਜ ਜੀ ਦੇ ਕਿਰਪਾ ਕਰਨਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਤ ਕਰਨ ਸਾਨੂੰ ਸਮੁੱਚੇ ਪਰਿਵਾਰ ਨੂੰ ਪ੍ਰਣਾਮ ਦਾ ਬਖਸ਼ਿਤ ਕਰਨ ਉਹਦੇ ਪਰਿਵਾਰ ਉਹਨਾਂ ਦੇ ਗੱਦੀ ਜੀਵਨ ਸੁਖਸ਼ਿਤ ਲੱਗੇ ਇਸੇ ਤਰ੍ਹਾਂ ਧਰਮ ਦੀ ਔਰ ਸਮਾਜ ਦੀ ਸੇਵਾ ਨਾਲ ਜੁੜਿਆ ਰਹੇ ਇਹ ਮਸਲ ਉਹਨਾਂ ਨੂੰ ਯੋਗਦਾਨ ਸੱਚੀ ਵਰਤ ਕਿਸੇ ਦਾ ਦਿੰਦੇ ਹੈ ਸਮਾਜ ਲਈ ਬੇਨਤੀ ਕਰਦਾ ਹਾਂ ਆਪਣੇ ਵੱਲੋਂ ਸਮੁੱਚੇ ਦਾਤੇ ਵੱਲੋਂ ਸਾਡੀ ਪਾਵ ਕਿਸ਼ਨ ਦੇ ਖੰਡ ਵੱਲੋਂ ਉਹਦੇ ਪਰਿਵਾਰ ਸਾਡਾ ਪਾਰਟੀ ਦਾ ਔਰ ਨਿੱਜੀ ਤੌਰ 'ਤੇ ਸਾਡਾ ਪਰਿਵਾਰ ਪਰਿਵਾਰ ਉਹਨਾਂ ਨੂੰ ਗੁਰਦਾਂ ਸ਼ਰਧਾ ਔਰ ਸਤਿਕਾਰ ਭੇਟ ਕਰਨਾ ਜੋ ਵੀ ਸੰਗਤ ਪੰਜਾਬ ਸਾਰੇ ਵੱਡੀ ਗਿਣਤੀ ਵਿੱਚ ਪਰਿਵਾਰ ਦਾ ਦੁਖਣਾ ਉਹਨੇ ਆਏ ਸਾਡੇ ਇਹਨਾਂ ਦੇ ਨਾਮ ਸ਼ੇਸ ਸੁੱਖੀ ਸਾਹਮਣੇ ਲੈ ਦਿੱਤੇ ਨੇ ਸਾਰੇ ਲੋਕ ਦੇ ਹੱਥ ਵਿੱਚ ਸਤਿਕਾਰ ਜੋ ਹੋਏ ਨੇ ਅਤੇ ਸਾਰੇ ਸਾਡੇ ਦੇ ਸਤਿਕਾਰ ਜੋ ਤੁਹਾਡਾ ਸਾਰਿਆਂ ਦਾ ਸਮੁੱਚੇ ਪਰਿਵਾਰ ਲਈ ਕੋਟ ਕੋਟ ਕਹਿਣ ਨੂੰ ਧੰਨਵਾਦ ਕੀਤਾ ਜਾਂਦਾ ਸਾਰਿਆਂ ਨੂੰ ਆਤਮਾ 'ਤੇ ਬੇਨਤੀ ਹੈ ਕਿ ਸਾਰੀ ਸੰਗਤ ਦੇ ਸਾਹਿਬਾਨੀ ਵੀ ਛੱਡਦੇ ਜਾਵੇ ਇਹਨਾਂ ਨੇ ਪ੍ਰਸ਼ਾਦਾ ਵੀ ਛੱਡਿਆ ਉਹ ਪ੍ਰਸ਼ਾਦਾ ਵੀ ਛੱਡ ਕੇ ਜਾਣ ਤੋਂ ਬਾਅਦ ਫਿਰ ਸਾਰੀ ਸੰਗਤ ਦਾ ਸਮੁੱਚੇ ਪਰਿਵਾਰ ਨੂੰ ਕੋਟ ਕੋਟ ਧੰਨਵਾਦ ਕਰਦੇ ਹਾਂ ਅਤੇ ਅੱਜ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਰੇਸ ਨੂੰ ਕਿਸਾਨ ਵੱਲੋਂ